ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਮਹਾਰਾਸ਼ਟਰਾ ਵਿੱਚ ਸਿੱਖ ਘੱਟ ਗਿਣਤੀ ਦੀ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਅਤੇ ਉਸਦਾ ਪਿੱਛਾ ਕਰਨ ਵਾਲੇ DIG ਨਿਸ਼ੀਕਾਂਤ ਮੌਰੇ ਨੂੰ ਤੁਰੰਤ ਬਰਖਾਸਤ ਕਰਨ ਅਤੇ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਲਿਖੀ ਇੱਕ ਚਿੱਠੀ ਵਿੱਚ ਸਿਰਸਾ ਨੇ ਕਿਹਾ ਕਿ ਮਹਾਰਾਸ਼ਟਰਾ ਵਿੱਚ ਘੱਟ ਗਿਣਤੀ ਸਿੱਖ ਤਸ਼ੱਦਦ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਕਿਹਾ ਕਿ ਮੌਜੂਦਾ ਕੇਸ ਨੂੰ ਲੈ ਕੇ ਕੌਮੀ ਅਖਬਾਰਾਂ ਵਿੱਚ ਵੀ ਵੱਡੀਆਂ ਵੱਡੀਆਂ ਸੁਰਖੀਆਂ ਛਪੀਆਂ ਹਨ, ਜਿਸ ਵਿੱਚ ਦੱਸਿਆ ਗਿਆ ਹੈ ਕਿ ਡਿਪਟੀ ਇੰਸਪੈਕਟਰ ਜਨਰਲ ਮੋਟਰ ਟਰਾਂਸਪੋਰਟ ਪੂਨੇ ਨਿਸ਼ੀਕਾਂਤ ਮੌਰੇ ਇਸ ਸਾਲ 5 ਜੂਨ ਨੂੰ ਇੱਕ ਨਾਬਾਲਗ ਲੜਕੀ ਦੀ ਜਨਮ ਦਿਨ ਪਾਰਟੀ ਵਿੱਚ ਸ਼ਾਮਲ ਹੋਏ ਸਨ, ਜਿੱਥੇ ਉਹਨਾਂ ਨੇ ਲੜਕੀ ਨਾਲ ਛੇੜਛਾੜ ਕੀਤੀ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ 6 ਮਹੀਨੇ ਬੀਤਣ ਬਾਅਦ ਵੀ ਇਸ ਮਾਮਲੇ ਵਿੱਚ DIG ਮੌਰੇ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਪੀੜਤ ਸਿੱਖ ਪਰਿਵਾਰ ਨੂੰ ਫਿਰ ਤੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਕਿਉਂਕਿ DIG ਮੌਰੇ ਲੜਕੀ ਦਾ ਪਿੱਛਾ ਕਰ ਰਹੇ ਹਨ ਅਤੇ ਸਾਰੇ ਪਰਿਵਾਰ ਲਈ ਮੁਸ਼ਕਲਾਂ ਖੜੀਆਂ ਕੀਤੀਆਂ ਹੋਈਆਂ ਨੇ। ਉਹਨਾਂ ਦੱਸਿਆ ਕਿ 21 ਦਸੰਬਰ 2019 ਨੂੰ ਜਦੋਂ ਇਹ ਨਾਬਾਲਗ ਲੜਕੀ ਆਪਣੀ ਮਾਤਾ ਦੇ ਨਾਲ ਖਰਗੜ ਵਿੱਚ ਸ਼ਿਲਪ ਚੌਕ ਦੇ ਕੋਲ ਆਪਣੀ ਟਿਊਸ਼ਨ ਕਲਾਸ ਦੇ ਨੇੜੇ ਸ਼ੋਪਿੰਗ ਵਾਸਤੇ ਗਈ ਸੀ, ਤਾਂ ਉੱਥੇ ਪੀੜਤ ਲੜਕੀ ਨੇ DIG ਮੌਰੇ ਨੂੰ ਉਸਦਾ ਪਿੱਛਾ ਕਰਦੇ ਵੇਖਿਆ। ਉਹਨਾਂ ਦੱਸਿਆ ਕਿ ਸਿੱਖ ਲੜਕੀ ਘਬਰਾ ਕੇ ਇੱਕ ਪਬਲਿਕ ਟਾਇਲਟ ਵਿੱਚ ਜਾ ਲੁਕੀ ਅਤੇ ਉਸਨੇ 100 ਨੰਬਰ ਤੇ ਫੋਨ ਕਰਕੇ ਪੁਲਿਸ ਤੋਂ ਮਦਦ ਮੰਗੀ। ਮਹਾਰਾਸ਼ਟਰ ਦੀ ਇੱਕ ਨਾਬਾਲਿਗ ਬੱਚੀ ਜੋ ਕਿ ਇੱਕ ਸਿੱਖ ਪਰਿਵਾਰ ਤੋਂ ਆ ਔਰ ਉਹਦੇ ਪਿਤਾ ਦਾ ਇੱਕ ਪੁਰਾਣਾ ਦੋਸਤ ਨਿਸ਼ੀਕਾਂਤ ਮੋਰੇ ਜੋ ਕਿ ਇੱਕ ਸੀਨੀਅਰ IPS ਆਫਿਸਰ DIG ਰੈਂਕ ਦਾ, ਉਸਨੇ ਇਸ ਬੱਚੀ ਦੇ ਨਾਲ ਛੇੜਛਾੜ ਕਰਨੀ ਸ਼ੁਰੂ ਕੀਤੀ ਅੱਜ ਤੋਂ 6 ਮਹੀਨੇ ਪਹਿਲਾਂ। ਸਿਰਸਾ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਦਹਿਸ਼ਤ ਘੱਟ ਗਿਣਤੀ ਭਾਈਚਾਰੇ ਦੀ ਅੱਲੜ ਲੜਕੀ ਲਈ ਹੁਣ ਆਪਣੇ ਆਪ ਵਿੱਚ ਇੱਕ ਅਫਸਰ ਦੇ ਅਨੈਤਿਕ ਰਵੱਈਏ ਕਾਰਨ ਉਸਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਨੂੰ ਬਿਆਨ ਕਰਦੀ ਹੈ। ਉਹਨਾਂ ਕਿਹਾ ਕਿ ਲੜਕੀ ਦੇ ਪਿਤਾ ਨੇ ਖਰਗੜ ਪੁਲਿਸ ਥਾਣੇ ਨਵੀਂ ਮੁੰਬਈ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ, ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਸਿਰਸਾ ਨੇ ਕਿਹਾ ਕਿ ਜਦੋਂ ਸਾਰਾ ਭਾਰਤ ਆਪਣੀਆਂ ਧੀਆਂ ਨੂੰ ਬਲਾਤਕਾਰ ਅਤੇ ਛੇੜਛਾੜ ਤੋਂ ਬਚਾਉਣ ਵਾਸਤੇ ਇੱਕਜੁੱਟ ਹੈ, ਅਜਿਹੇ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਇਸ ਤਰ੍ਹਾਂ ਦੀਆਂ ਹਰਕਤਾਂ ਕਰਨਾ ਬਹੁਤ ਹੀ ਨਿੰਦਣਯੋਗ ਹੈ। ਦਰਜ ਕਰਾਈ ਉਲਟਾ ਨਿਸ਼ੀਕਾਂਤ ਮੋਰੇ ਨੇ ਪੁਲਿਸ ਦੇ ਦਬਾਅ ਦੇ ਚੱਲਦੇ ਉਸਦੇ ਪਿਤਾ ਦੇ ਉੱਤੇ ਹੀ ਮੁਕੱਦਮੇ ਦਰਜ ਕਰਾ ਦਿੱਤੇ। ਇਹੀ ਨਿਸ਼ੀਕਾਂਤ ਮੋਰੇ ਜੋ IPS ਆ, ਇਹ ਆਪਣੀ ਬਕਾਇਦਾ ਬਾਵਰਦੀ ਆਪਣੀ ਪੁਲਿਸ ਦੇ ਨਾਲ ਆਪਣੀ ਗੱਡੀ 'ਚ ਆਪਣੀ ਗਨਮੈਨ ਦੇ ਨਾਲ ਜਿੱਥੇ ਬੇਟੀ ਟਿਊਸ਼ਨ ਲੈਂਦੀ ਸੀ ਉਹਦੀ ਸਟਾਕਿੰਗ ਕਰਨ ਉਹਦੇ ਪਿੱਛੇ ਪਹੁੰਚਿਆ, ਉਹਦਾ ਪਿੱਛਾ ਕਰਦੇ ਹੋਏ ਜਦੋਂ ਮਾਂ ਬਾਪ ਨੂੰ ਪਤਾ ਲੱਗਾ ਉੱਥੇ ਪਹੁੰਚਦੇ ਨੇ ਔਰ DIG ਭੱਜ ਜਾਂਦਾ, ਲੇਕਿਨ ਉਹਦਾ ਪੁਲਿਸ ਦਾ ਉਹਦਾ ਡਰਾਈਵਰ ਉਹਦਾ ਗਨਮੈਨ ਨੂੰ ਪਕੜਿਆ ਜਾਂਦਾ ਔਰ ਗੱਡੀ ਮੌਕੇ ਤੇ ਪਕੜ ਲਈ ਜਾਂਦੀ ਆ। गाड़ी से बाहर उतरो आप, गाड़ी से बाहर उतरो आप, गाड़ी से बाहर उतरिए आप, गाड़ी से बाहर उतरिए आप। मेरी बेटी किधर है? बंदा छुट्टी पे गाड़ी लेके कैसे घूम रहे हो तुम लोग? मेरी बेटी क्या है? ਇਸ ਲਈ ਉਹ ਤੁਰੰਤ DIG ਮੌਰੇ ਨੂੰ ਬਰਖਾਸਤ ਕਰੇ ਅਤੇ ਉਸਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਜਿਹਾ ਕਰਕੇ ਮਹਾਰਾਸ਼ਟਰ ਦੀ ਸਰਕਾਰ ਲੜਕੀਆਂ ਅਤੇ ਔਰਤਾਂ ਦੀ ਸੁਰੱਖਿਆ ਲਈ ਇੱਕ ਉਦਾਹਰਣ ਪੇਸ਼ ਕਰ ਸਕਦੀ ਹੈ। ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ, ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ।
ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ, ਐੱਲ ਓ ਆਰਸ, ਐੱਸ ਓ ਪੀ 'ਚ ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਅਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਦੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।